ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਕਿੱਦਾਂ? ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ ਜੀ, ਥੈਂਕ ਯੂ, ਮਿਹਰਬਾਨੀ। ਬਹੁਤ ਵਧੀਆ ਲੱਗ ਰਿਹਾ ਜੀ, ਫਿਲਮ ਵਧੀਆ ਬਣੀ ਆ, ਮੈਂ ਦੇਖੀ ਹੋਈ ਆ ਅਤੇ ਬਹੁਤ ਚੰਗਾ ਲੱਗ ਰਿਹਾ ਵਾ। ਜਦੋਂ ਫਿਲਮ ਵਧੀਆ ਹੁੰਦੀ ਆ ਫਿਰ ਬਾਹਲੀ ਕੋਈ ਸਟ੍ਰੈਸ ਨਹੀਂ ਹੁੰਦੀ ਹੈਗੀ, ਅਤੇ ਜਿੰਨੇ ਵੀ ਬੰਦੇ ਦੇਖਦੇ ਨੇ ਉਹ ਕਹਿਣ ਵੀ ਘੈਂਟ ਹੈ, ਉਹ ਇੰਪੋਰਟੈਂਟ ਆ। ਸੋ ਵਾਰਨਿੰਗ ਦਾ ਤਾਂ ਰੌਲਾ ਹੀ ਬਹੁਤ ਹੈ। ਅਤੇ ਮੈਨੂੰ ਤਾਂ, ਮੈਂ ਅੱਜ ਪ੍ਰਿੰਸੇ ਨੂੰ ਕਹਿੰਦਾ ਸੀ, ਮੈਂ ਕਿਹਾ ਚੱਲ ਖੈੜਾ ਛੁੱਟਿਆ, ਮੈਂ ਕਿਹਾ ਜਦੋਂ ਪੋਸਟ ਜੀ ਕਿਸੇ ਹੋਰ ਫਿਲਮ ਦੀ ਪਾਉਂਦੇ ਜੀ ਥੱਲੇ ਆ ਕਹਿਣ ਲੱਗਾ ਵੀ ਵਾਰਨਿੰਗ ਦੱਸੋ ਕਦੋਂ ਆਉਣੀ ਆ, ਮੈਂ ਲਓ ਕੰਮ ਨਿਬੜਿਆ ਵੀ ਹੁਣ ਆ ਗਈ ਆ, ਅਤੇ ਹੁਣ ਅਗਲੀ ਜਦੋਂ ਆਊਗੀ ਤੀਜੀ ਫਿਰ ਉਦੋਂ ਗੱਲ ਕਰਾਂਗੇ। ਅਤੇ ਬਹੁਤ ਐਕਸਾਈਟਡ ਆ ਪੂਰੀ ਟੀਮ। ਬਿਲਕੁਲ ਜੀ, ਕਿਉਂਕਿ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਵਧੀਆ ਤੋਂ ਵਧੀਆ ਬਣਾਈ ਜਾਵੇ। ਔਰ ਜਿਹੜੀ ਤੁਸੀਂ ਗੱਲ ਕਹੀ ਆ ਕਿ ਵੱਡੀ ਫਿਲਮ ਬਣਾਉਣ ਦਾ, ਉਹ ਤਾਂ ਸਭ ਤੋਂ ਵੱਧ ਬਲਜੀਤ ਭਾਅ ਜੀ ਦਾ ਯੋਗਦਾਨ ਹੈ ਉਸ ਚੀਜ਼ ਦੇ ਵਿੱਚ। ਅਤੇ ਮੈਨੂੰ ਯਾਦ ਆ ਜਦੋਂ ਮੈਂ ਕਹਾਣੀ ਲਿਖਤੀ ਅਤੇ ਅਮਰ ਨੇ ਪੜ੍ਹੀ, ਅਮਰ ਕਹਿੰਦਾ ਇੱਦਾਂ ਇੱਦਾਂ ਕਰਨਾ, ਬਲਜੀਤ ਭਾਅ ਜੀ ਜਦੋਂ ਆਏ ਅਤੇ ਬਲਜੀਤ ਭਾਅ ਜੀ ਨੇ ਦੇਖਿਆ ਤਾਂ ਜਾਂ ਇਹਨਾਂ ਨੇ ਫਿਲਮ ਸਾਡੀ ਹੋਰ ਵੱਡੀ ਕਰਤੀ, ਐਂ ਕਰਨਾ, ਉਹ ਕਰਨਾ, ਇਹ ਕਰਨਾ। ਸੋ ਉਹ ਚੀਜ਼ਾਂ ਇੰਨੀਆਂ ਵਧੀਆ ਹੋਈਆਂ ਹੈ ਨਾ, ਸੋ ਅਸੀਂ ਫੁੱਲ ਐਕਸਾਈਟਡ ਹਾਂ। ਔਰ ਅਮਰ ਨੇ, ਮੈਂ ਸੱਚੀ ਕਹਿਣਾ, ਇੰਨੇ ਘੈਂਟ ਤਰੀਕੇ ਨਾਲ ਫਿਲਮ ਡਾਇਰੈਕਟ ਕੀਤੀ ਆ, ਬੰਬ ਹੀ ਖੜਦੇ ਬੰਬ ਹੀ ਮੁੰਡੇ ਨੇ ਮੇਰੇ। ਮੇਰੀ ਫੈਮਿਲੀ ਨੇ ਫਿਲਮ ਹੁਣੇ ਹੁਣੇ ਦੇਖੀ ਆ, ਆਸਟ੍ਰੇਲੀਆ ਦੇ ਵਿੱਚ ਸਕਰੀਨਿੰਗ ਹੋਈ ਆ, ਅਤੇ ਸਿੱਪੀ ਬਾਈ ਦਾ ਫੋਨ ਆਇਆ ਮੇਰੇ ਵੱਡੇ ਬ੍ਰਦਰ ਦਾ, ਉਹ ਕਹਿੰਦੇ ਤੁਹਾਡੀ ਹੁਣ ਤੱਕ ਦੀ ਜ਼ਿੰਦਗੀ ਦੀ ਬੈਸਟ ਫਿਲਮ ਹੈ, ਮਤਲਬ ਇੰਨੀ ਵਧੀਆ। ਮਤਲਬ ਉਹ, ਮੈਂ ਫੋਨ ਰੱਖਿਆ, ਮੈਂ ਕਿਹਾ ਹੁਣ ਸਾਨੂੰ ਦੇਖ ਲੈਣ ਤੋਂ ਭਾਈ ਇੱਥੇ ਚੱਲੇ ਹਾਂ, ਉਹ ਫੋਨ ਹੀ ਨਹੀਂ ਸੀ ਛੱਡ ਰਹੇ, ਮੰਮੀ ਉਹਨਾਂ ਦੇ ਸਾਰਿਆਂ ਨੇ ਗੱਲ ਕੀਤੀ, ਸੋ ਸਾਰੇ ਬਹੁਤ ਖੁਸ਼ ਸੀ। ਬਿਲਕੁਲ ਮਿਲ ਗਿਆ ਜੀ, ਉਦੋਂ ਉਤਲਾ ਮਿਲ ਗਿਆ ਸਾਨੂੰ, ਬੰਦਾ ਸਾਡਾ ਆਉਂਦਾ ਆ। ਔਰ ਦੇਖੋ, ਐਂ ਨਹੀਂ ਹੈ, ਬਹੁਤ ਫਿਲਮਾਂ ਹੁੰਦੀਆਂ ਬੰਦਾ ਕਹਿੰਦਾ ਇਹੋ ਜਿਹੀ ਬਣਾ ਲਈ, ਉਹੋ ਜਿਹੀ ਬਣਾ ਲਈ, ਇਹ ਆਪਣੇ ਆਪ 'ਚ ਇੱਕ ਆਪਦੀ ਆਈਡੈਂਟੀ ਵਾਲੀ ਫਿਲਮ ਹੈ। ਤੁਹਾਨੂੰ ਪੰਜਾਬ ਦਿਖੂਗਾ, ਫੋਕ ਰੰਗ ਦਿਖੂਗਾ, ਔਰ ਪਹਿਲੀ ਐਕਸ਼ਨ ਫਿਲਮ ਆ ਜਿਹਦੇ ਵਿੱਚ ਤੁਸੀਂ ਇੰਨੇ ਹੱਸੋਗੇ ਕਿ ਨਜ਼ਾਰੇਦਾਰ ਤੁਹਾਨੂੰ ਹਸਾਵਾਂਗੇ ਵੀ। ਇੰਟਰਟੇਨਿੰਗ ਫਿਲਮ ਹੈ, ਫੁੱਲ ਆਫ ਫੁੱਲ ਆਫ ਇੰਟਰਟੇਨ। ਮੈਂ ਤਾਂ ਬਹੁਤ ਫੀਲ ਕਰ ਰਿਹਾ ਜੀ, ਕਿਉਂਕਿ ਮੈਨੂੰ ਯਾਦ ਆ ਜਦੋਂ ਪਹਿਲਾਂ ਪ੍ਰਿੰਸ ਅਤੇ ਅਮਰ ਨੂੰ, ਦੋਨਾਂ ਨੂੰ ਇਹਨਾਂ ਨੂੰ ਲੈ ਕੇ ਬਣਾਉਣ ਲੱਗੇ ਸੀਗੇ, ਤਾਂ ਮੈਂ ਤਾਂ ਅੱਜ ਪ੍ਰਿੰਸ ਨੂੰ ਹੱਸਦਾ ਸੀ, ਮੈਂ ਕਿਹਾ ਅੱਜ ਉਹਨਾਂ ਨੂੰ ਸਾਰਿਆਂ ਨੂੰ ਦਿਖਾ ਦੀ, ਕਿਉਂਕਿ ਕਈ ਇਹਦੇ ਹੁਣ ਖੜਾ ਹੀ ਆ। ਚਲੋ, ਇਹਦੇ ਖਾਸ ਮਿੱਤਰਾਂ ਨੇ ਮੈਨੂੰ ਕਿਹਾ, ਕਹਿੰਦੇ ਗਲਤ ਪੰਗਾ ਲੈ ਲਿਆ, ਕਹਿੰਦੇ ਇਹ ਤਾਂ ਨਹੀਂ ਚੱਲਦਾ, ਮੈਂ ਚਲਾ ਕੇ ਦਿਖਾਵਾਂਗੇ ਹੈ ਨਾ। ਸੋ ਇਹ ਐਸਾ ਚੱਲਿਆ ਹੁਣ, ਪਰ ਇਹ ਬੰਦਾ ਹੀ ਇੰਨਾ ਵਧੀਆ ਵਾ, ਇਹ ਉਹ ਕਹਿੰਦਾ ਕੋਈ ਗੱਲ ਨਹੀਂ ਬਾਈ, ਹੁਣ ਕਹਿੰਦਾ ਮੰਦੇ ਕਹਿਤਾ, ਉਹਨਾਂ ਨੇ ਕਹਿਤਾ, ਕੋਈ ਚੱਕਰ ਨਹੀਂ, ਕਹਿੰਦਾ ਨਾਲ ਹੀ ਰੱਖਣੇ ਆ ਹੈ ਨਾ। ਹੈਪੀ ਭਾਈ ਕਹਿੰਦੇ ਸੀ, ਕਹਿੰਦੇ ਮੈਂ ਤੋਂ ਨਾ ਸਿਰਫ ਠੰਡੇ ਠੰਡੇ ਗਾਣੇ ਨਾ ਕਵਾਇਆ ਕਰੋ, ਤੱਤੇ ਵੀ ਗਾਣੇ ਨਾ ਬਣਾਇਆ ਮੈਂ। ਹਾਂ, ਤੱਤੇ ਅਸੀਂ ਜੇ ਜਦੋਂ ਇਹ ਗਾਊਗਾ ਤੱਤੇ, ਫਿਰ ਅਸੀਂ ਕੀ ਗਾਵਾਂਗੇ? ਇਹ ਤੋਂ ਠੰਡੇ ਠੰਡੇ ਗਾਣੇ ਗਵਾਉਣੇ ਨੇ। ਉਹ ਇਹ ਤੋਂ ਗਲਤੀ ਹੋ ਗਈ, ਅਸੀਂ ਇਹੋ ਜਿਹੇ ਗਾ ਕਰ ਰਹੇ ਚੰਨ ਚੁੰਨਾਂ ਵਰਗੇ ਗਾਣੇ। ਹਾਂਜੀ, ਸੋ ਥੈਂਕ ਯੂ ਜੀ, ਅਤੇ ਆਪਾਂ ਫਿਲਮ ਤੋਂ ਬਾਅਦ ਗੱਲਬਾਤ ਕਰਦੇ ਹਾਂ। ਅਤੇ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਐਕਸਾਈਟਿਡ ਹਾਂ।
ਸਾਰੇ ਐਕਸਾਈਟਡ ਆ ਜੀ। ਮੈਂ ਕਹਿੰਦਾ ਆਪਾਂ ਪਹਿਲਾਂ ਫਿਲਮ ਦੇਖਦੇ ਹਾਂ, ਬਾਕੀ ਗੱਲਾਂ ਫਿਰ ਉਦੋਂ ਬਾਅਦ ਕਰਦੇ ਹਾਂ, ਹੈ ਨਾ। ਥੈਂਕ ਯੂ ਜੀ, ਥੈਂਕ ਯੂ।